पैलेस में जाके पूछी जाएंगे टेस्ट कितना दा है, स्वाद है, लून मर्च सही है, इतना पूछ जा पूछेंगे ये ब्रांड केड़ा है, नशा करती है, बाबे ते गेड़ियां कमा देती होनी है, इतना गलना वो आइडिया जा वो तो फिर पता लग जाना भी ये हेनकर है गधा तैयारी है खाल पाई है नहीं अंदरों गधा है पता लगता नहीं बहुत बंदे इतने ही अंडियां दी रेडी करनी ऐं बेखी जाने टिक टिक लगा ठंड है ओ देखो ऐं बेखे ने बहुत शाख बैठा है पंखों में लगता भी पंगा ले ले और करते कुछ सकते नहीं बेखना ही है बेख ही सकते हैं करते सकते नहीं अमृत शाख ले आसी ते सिंह बन के बड़े बंदे इतना दे बेखे पैलसांच जाके बहुत हिंडक देने पहल सांच जाके उसे ज़्यादा होना ना है कुछ इनके देने ताँ मैं बेंती करता हूँ भी जिन नकली ने ना जेड़े उन आदे तो अनु बोल बाणी तो ही पता लगे जंदा भी ये किधन दी बिरती है जे सिंह है ते जे सिंगा वाली गल्ली कोई ना करे खालसा है ते खालसे वाली गल्ली कोई ना करे कोई उदी विचार ही नहीं होता दी विचार ता रही नहीं होता दी गादा सिंह है फिर ਤਾਂ ਮੈਂ ਬੇਨਤੀ ਕਰ ਰਿਹਾ ਵੀ ਜਿੰਨੇ ਅਮਰਦਧਾਰੀ ਵੀਰ ਭਰਾ ਹੈ ਉਹ ਨਾ ਕਾਇਮ ਰੱਖਿਓ ਆਪਣੇ ਆਪ ਨੂੰ ਕਾਇਮ ਰੱਖਣਾ ਹੈ ਅੰਦਰੋਂ ਅੰਦਰੋਂ ਵੀ ਓਵੇਂ ਬਣਨਾ ਹੈ ਅਗਲਾ ਗੱਲ ਜੀ ਕਰੇ ਨਾ ਨੇੜੇ ਆ ਕੇ ਵੀ ਯਾਰ ਤੂੰ ਕਾਹਦਾ ਪਰ ਵੈਸੇ ਮੈਂ ਤੁਹਾਨੂੰ ਇਹ ਵੀ ਬਹੁਤ ਵਾਰ ਕਿਹਾ ਹੈ ਵੀ ਚੜ੍ਹਦੀ ਕਲਾ ਵਾਲੇ ਸਿੰਘਾਂ ਦੇ ਨੇੜੇ ਤੇ ਆ ਕੇ ਗੱਲ ਕਰਦੇ ਹੀ ਕੋਈ ਨਹੀਂ ਵੀ ਪੀਣੀ ਹੈ ਉਹਨੂੰ ਪਤਾ ਵੀ ਇਹਨੇ ਮੇਰਾ ਜਵਾੜਾ ਭੰਨ ਦੇਣਾ ਇਹ ਜਿਹੜੇ ਢਿੱਲੜਦੇ ਹੁੰਦੇ ਨੇ ਉਹਨਾਂ ਕੋਲ ਹੀ ਆ ਕੇ ਗੱਲਾਂ ਕਰਦੇ ਨੇ ਕਾਇਮ ਬੰਦੇ ਕੋਲ ਕੋਈ ਨਹੀਂ हिम्मत नहीं पैंदी किसे दी ओए सिंह दा रोब बड़ा हुंदा है चढ़दी कला वाले सिंह दा प्रताप हुंदा है एक गुरु गोबिंद सिंह दी बख्शिश है जदों दस्तार बन के सिरीसा पा के दाड़ा रख के ओ जदों तुरदा है ना ओदा तुरदे दा ही रोब वखरा हुंदा है खड़ खड़ जांदे ने ते जिन्हां ने कृपाना ला दित्तियां ने ਪਹਿਲਾਂ ਜੈਕਟ ਦੇ ਥੱਲਿਓਂ ਦੀ ਕਰ ਲਈ ਫਿਰ ਕੁੜਤੇ ਦੇ ਥੱਲਿਓਂ ਦੀ ਕਰ ਲਈ ਫਿਰ ਇੱਡੀ ਕਰ ਲਈ ਨਿੱਕੀ ਦੀ ਫਿਰ ਗਲ ਚ ਪਾ ਲਈ ਨਿੱਕੀ ਦੀ ਪਿੱਛੇ ਹੀ ਕੰਗਾ ਵੀ ਵਿੱਚ ਹੀ ਆ ਛੋਟਾ ਜਿਹਾ ਤੇ ਮਹਾਂਪੁਰਖ ਹੱਸਦੇ ਹੁੰਦੇ ਸੀ ਕਹਿੰਦੇ ਭਾਈ ਕਸ਼ਹਿਰਾ ਵੀ ਵਿੱਚ ਹੀ ਪਾ ਲੈ ਛੋਟਾ ਜਿਹਾ ਵੀ ਤੂੰ ਪਾਇਆ ਤੇ ਹੈ ਹੀ ਆ ਵੀ ਕੰਗਾ ਵੀ ਪਾਇਆ ਹੈ ਖੰਡਾ ਕਿਰਪਾਨ ਵਿੱਚ ਹੀ ਪਾ ਲੈ ਸਾਰਾ ਕੁਛ ਵੀ ਜੇ ਇਹੀ ਪੂਰਾ ਹੈ ਸੋ ਇਹ ਗੱਲਾਂ ਇਹ ਜ਼ਰੂਰੀ ਹੈ ਇਹ ਸਾਡੇ ਸਤਿਗੁਰ ਜੀ ਦੇ ਮਹਾਰਾਜ ਜੀ ਦੇ ਪਿਆਰ ਦੀ ਨਿਸ਼ਾਨੀ ਹੈ ਸਾਂਭ ਕੇ ਰੱਖਣੀ ਆਪਾਂ ਇਹ ਗੁਰੂ ਗੋਬਿੰਦ ਸਿੰਘ ਨੇ ਨਾ ਸਾਨੂੰ ਪਿਆਰ 'ਚ ਗਿਫਟ ਦਿੱਤਾ ਹੈ ਇਹ ਸ੍ਰੀ ਸਾਹਿਬਾਂ ਇਹ ਪਿਆਰ ਦੀ ਨਿਸ਼ਾਨੀ ਹੈ ਗੁਰੂ ਗੋਬਿੰਦ ਸਿੰਘ ਦੀ ਸ੍ਰੀ ਅਕਾਲ ਇਹ ਆਪਾਂ ਸਾਂਭ ਕੇ ਰੱਖਣੀ ਹੈ ਸ੍ਰੀ ਸਾਹਿਬਾਂ ਸਾਂਭ ਕੇ ਰੱਖਣੀਆਂ ਨੇ ਕਕਾਰ ਸਾਂਭ ਕੇ ਰੱਖਣੇ ਨੇ ਸਭ ਨਾਲੋਂ ਜ਼ਰੂਰੀ ਗੁਰਬਾਣੀ ਦੀ ਪੋਥੀ ਸਾਂਭ ਕੇ ਰੱਖਣੀ ਸਭ ਨਾਲੋਂ ਪਲੱਸ ਪੁਆਇੰਟ ਸਭ ਤੋਂ ਜ਼ਰੂਰੀ ਹੈ ਜਿਹੜਾ ਤੇ ਤੇਰੇ ਘਰ 'ਚ ਪੋਥੀਆਂ ਭਾਗ ਸਾਂਭ ਕੇ ਰੱਖੀ ਅਰਥਾਂ ਵਾਲੀਆਂ ਪੋਥੀਆਂ ਸਾਂਭ ਕੇ ਰੱਖੀ ਇਹ ਨਾ ਗਵਾ ਦੀ ਕਿਤੇ ਤੇ ਬਹੁਤੇ ਘਰਾਂ ਵਿੱਚ ਵੇਖਿਆ ਹੈ ਮੈਨੂੰ ਬਹੁਤ ਵਾਰ ਮਿਲੇ ਨੇ ਬਾਬਾ ਜੀ ਸਾਡੇ ਘਰ ਨਾ ਕਿਤਾਬਾਂ ਪਈਆਂ ਨੇ ਕੁਝ ਗ੍ਰੰਥ ਪਏ ਨੇ ਪੁਰਾਣੇ ਉਹ ਤੁਸੀਂ ਲੈ ਜਾਓ ਮੈਂ ਕਿਹਾ ਕਿਉਂ ਤੁਸੀਂ ਨਹੀਂ ਪੜ੍ਹਦੇ ਨਾ ਸਾਡਾ ਬਾਪੂ ਜੀ ਸਾਡੇ ਪੜ੍ਹਦੇ ਸੀ ਉਹ ਚੜ੍ਹਾਈ ਕਰਕੇ 5-7 ਸਾਲ ਹੋ ਗਏ ਸੀ ਕਹਿੰਦੇ ਆ ਬੇਅਦਬੀ ਹੁੰਦੀ ਹੈ ਤੇ ਤੁਸੀਂ ਲੈ ਜਾਓ ਐਦਾਂ ਮੈਂ ਕਿਹਾ ਨਾ ਜ਼ਮੀਨਾਂ ਤੁਸੀਂ ਸਾਂਭ ਲਓ ਬਾਬੇ ਬਾਪੂ ਦੀਆਂ ਪੋਥੀਆਂ ਗੁਰਦੁਆਰੇ ਦੇ ਆਓ ਪੋਥੀਆਂ ਪੜ੍ਹੋ ਜੇ ਪੋਥੀਆਂ ਪੜ੍ਹੋਗੇ ਗੁਰਬਾਣੀ ਪੜ੍ਹੋਗੇ ਜ਼ਮੀਨਾਂ ਬਚੀਆਂ ਵੀ ਰਹਿਣਗੀਆਂ ਨਹੀਂ ਤੇ ਘੋਲ ਘੋਲ ਕੇ ਪੀ ਗਏ ਕੀਲਿਆਂ ਦੇ ਕੀਲੇ ਕਈ ਬੰਦੇ ਕੀਲਿਆਂ ਦੇ ਕੀਲੇ ਘੋਲ ਘੋਲ ਕੇ ਗਲਾਸੀ 'ਚ ਪੀ ਗਏ ਰੁੜ ਗਏ ਬਰਬਾਦ ਹੋ ਗਏ ਜੀਵਨ ਇਸ ਕਰਕੇ ਪੋਥੀਆਂ ਵੀ ਸਾਂਭ ਕੇ ਰੱਖੋ ਇਹਨਾਂ ਨੂੰ ਪੜ੍ਹਿਆ ਕਰੋ ਇਹਨਾਂ 'ਚੋਂ ਸਿੱਖੋ ਕੁਝ ਗੁਰਬਾਣੀ ਦਾ ਗਿਆਨ ਲਈਏ ਜਿਉਣ ਦਾ ਚੱਜ ਆ ਜਾਵੇ ਪਸ਼ੂ ਪੁਣਾ ਸਾਡੀ ਜ਼ਿੰਦਗੀ 'ਚੋਂ ਖਤਮ ਹੋਵੇ ਇਹ ਅਕਲ ਲੈਣੀ ਹੈ ਜੀ ਆਪਾਂ